ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਉਣਾ ਅਲੋਕਤੰਤਰਿਕ। ਸੁਖਦੇਵ ਸਿੰਘ ਢੀਂਡਸਾ। ਆਮ ਆਦਮੀ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਉਣਾ ਅਲੋਕਤੰਤਰਿਕ ਹੈ ਅਤੇ ਕੇਜਰੀਵਾਲ ਇੱਕ ਤਾਨਾਸ਼ਾਹ ਵਜੋਂ ਕੰਮ ਕਰ ਰਹੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ ਨੇ ਕੀਤਾ। ਉਹ ਸੰਗਰੂਰ ਵਿਖੇ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਮਨਾਈ ਜਾ ਰਹੀ ਬਰਸੀ ਸੰਬੰਧੀ ਤਿਆਰੀਆਂ ਲਈ ਆਯੋਜਿਤ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹੋਏ ਸਨ। ਇਸ ਮੌਕੇ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 2019 ਦੀਆਂ ਲੋਕ ਸਭਾ ਚੋਣਾਂ ਲਈ ਤਿਆਰ ਹੈ ਅਤੇ ਪਾਰਟੀ ਸਾਰੀਆਂ ਸੀਟਾਂ ਉੱਪਰ ਜਿੱਤ ਹਾਸਲ ਕਰੇਗੀ। ਮੇਰੀ ਗੱਲ ਸੁਣੋ, ਹੈ ਕੀਤਾ ਤਾਂ ਉਹਨਾਂ ਨੇ ਅਨਡੈਮੋਕਰੇਟਿਕ ਹੈ, ਇਸ ਤਰ੍ਹਾਂ ਤਾਂ ਕਦੇ ਲਾਇਆ ਨਹੀਂ ਜਾਂਦਾ ਹੁੰਦਾ। MLA ਲਾ ਸਕਦੇ ਆ, ਪਰ ਚਲੋ ਉਹਨਾਂ ਦੀ ਆਪਣੀ ਹੈਗੀ, ਉਹਦੇ 'ਚ ਸਾਡਾ ਕੋਈ ਰੋਲ ਨਹੀਂ, ਉਹ ਉਹਨਾਂ ਦੀ ਆਪਣੀ ਪਾਰਟੀ ਦਾ ਰੋਲ ਹੈ। ਪਰ ਇਹ ਮਹਿਸੂਸ ਕਰਦੇ ਹਾਂ ਕਿ ਕੇਜਰੀਵਾਲ ਵੀ ਪੂਰਾ ਡਿਕਟੇਟਰ ਹੈ, ਉਹ ਕਿਸੇ ਨਾਲ ਸਲਾਹ ਨਹੀਂ ਕਰਦਾ, ਆਪਣੀ ਮਰਜ਼ੀ ਨਾਲ ਫੈਸਲੇ ਕਰਦਾ, ਔਰ ਉਹਨੇ ਉਹੀ ਫੈਸਲਾ ਉਸੇ ਹਿਸਾਬ ਨਾਲ ਕੀਤਾ ਕਿ ਸਾਰੀ ਦੀ ਸਾਰਾ ਸੀਟਾਂ ਜਿੱਤਾਂਗੇ। ਤਿਆਰੀ ਆ, ਤਿਆਰੀ ਦੇ ਕਾਰਨ ਅੱਜ ਮੀਟਿੰਗ ਕਾਹਦੇ ਲਈ ਹੋ ਰਹੀ ਹੈ, ਪਾਰਟੀ ਨੂੰ ਮਜ਼ਬੂਤ ਕਰਨ ਲਈ, ਪਾਰਟੀ ਦੇ ਵਰਕਰਾਂ 'ਚ ਉਤਸ਼ਾਹ ਭਰਨ ਲਈ ਕੀਤੀ ਜਾ ਰਹੀ ਹੈ।